ਬਹੁਤ ਵਧੀਆ ਖੇਡ ਵਰਿੰਦਰ ਪੰਗੂ ਵਾਂਗ ਆਉਣ ਵਾਲੇ ਸਮੇਂ ਦੇ ਇਹ ਨੌਜਵਾਨ ਬਿਹਤਰੀਨ ਖਿਡਾਰੀ ਬਣਨਗੇ ਜੇਕਰ ਮਿਹਨਤ ਕਰਦੇ ਰਹੇ ਜੀ ਦਲੀ ਨਾਲ ਕਬੱਡੀ ਖੇਡਦੇ ਰਹੇ ਸਾਹਮਣੇ ਪਤਾ ਲੱਗ ਜਾਵੇ ਕਿ ਖਾਲੀ ਘੋੜੀ ਹੈਗਦੀ ਉੱਤੇ ਦੀ ਦਾਣਾ ਸਰਵਣ ਵੀਰ ਆ ਘੁੱਟ ਕੇ ਕਲੇਜੇ ਨਾਲ ਲਾ ਲਿਆ ਕਿ ਮੈਂ ਆਪਣਾ ਪਿਆਰਾ ਜਾਣ ਕੇ ਮੈਂ ਸਹੀ ਮੁਕੜਾ ਵੀ ਵਿੱਚ ਲੈ ਲਿਆ ਆਪਣਾ ਪਿਆਰਾ ਹੋਇਆ ਇਸ ਵੇਲੇ ਕੜੰਗੀ ਪਾਲੀ ਨੌਜਵਾਨ ਨੇ ਏ ਵਾਜੀ ਵਾਹ ਮਾਰ ਸੋਹਣਿਆ ਕੈਂਚੀ ਲੀਡਰ ਸੁੱਕਾ ਜਾਵੇ ਨਾ ਏ ਮਾਰ ਸੋਹਣਿਆ ਕੈਂਚੀ ਲੀਡਰ ਸੁੱਕਾ ਜਾਵੇ ਨਾ ਸੰਗਰੂੰਦੀ ਦੀ ਟੀਮ ਜਿਹੜੀ ਉਧਰਲੇ ਪਾਸੇ ਦੇਖੋ ਹਲਕਾ ਜਿਹਾ ਪਤਲਾ ਪਤਾ ਜਿਹਾ ਅੰਦਾਜ਼ ਮੁੰਡੇ ਦਾ ਬੜਾ ਵਧੀਆ ਰੋਜ ਪੁਰੀਏ ਰਣਵੀਰ ਨੇ ਵਹਿਲੇ ਵਹਿਲੇ ਕਰਾਈ ਕਹਿੰਦੇ ਉਹਦਾ ਅੰਦਾਜ਼ ਵੀ ਵੱਖਰਾ ਤੇ ਇਸ ਗੱਭਰੂ ਦਾ ਅੰਦਾਜ਼ ਵੀ ਵੱਖਰਾ ਦੇਖੋ ਕਿਵੇਂ ਕੁਰਤੀ ਦੇ ਨਾਲ ਪੈਰ ਨਾਲ ਟੱਚ ਕਰਨ ਦਾ ਚੰਦਨ ਕਰਦਾ ਨੌਜਵਾਨਾਂ ਸਿੱਧਾ ਇੱਕ ਵਿੱਚ ਵਾਟੇ ਕਿ ਜੇ ਛਾਤੀ ਵਿੱਚ ਦਮ ਹੋਵੇ ਲੋਕੀ ਤਾਂ ਪੁੱਛੇ ਸਰਨਾਵਾ ਹਰਜੀਤ ਬਰਾੜ ਜਹੇ ਬਿਰਲੇ ਪੁੱਤ ਜੰਮਦੀਆਂ ਮਾਵਾਂ ਕਿ ਹਰਜੀਤ ਬਰਾੜ ਜਹੇ ਬਿਰਲੇ ਪੁੱਤ ਜੰਮਦੀਆਂ ਮਾਵਾਂ ਲਓ ਸਾਹਮਣੇ ਸਿੱਧਾ ਇੱਕ ਵਿੱਚ ਟੱਚ ਲਾਉਣ ਦਾ ਚਿੰਤਨ ਕਰਨ ਲੱਗਾ ਸੀ ਤੇ ਜਾਂ ਫਿਰ ਫੁੱਟ ਫੜਿਆ ਕੈਂਚੀ ਲਾਈ ਤੇ ਅੰਕ ਜਿਹੜਾ ਆਪਣੀ ਟੀਮ ਰੁੜਕੇ ਦੇ ਲਈ ਜੋੜ ਦਿੱਤਾ ਰੁੜਕੇ ਦੇ ਨੌਜਵਾਨ ਬਹੁਤ ਤੇਜ਼ੀ ਦੇ ਨਾਲ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਾ ਰਹੇ ਆ ਤੇ ਉਧਰ ਮੈਂ ਦੇਖਦਾ ਬਈ ਸਾਹਮਣੇ ਸੰਗਰੂੰਦੀ ਵਾਲਾ ਨੌਜਵਾਨ ਵੀ ਚੀੜਾ ਜਾਫੀ ਹੈ ਲੱਗ ਨੂੰ ਬੇਟਾ ਪਾ ਲਿਆ ਗੱਭਰੂ ਨੇ ਫਾਰੀ ਗੋਲਾ ਲਾ ਦਿੱਤਾ ਜੋੜ ਕਿੱਧਰ ਨੂੰ ਜਾਣਾ ਹੁਣ ਤਾਂ ਕਹਿੰਦੇ ਵੀ ਹੰਦੇ ਦੂਰ ਹੈ ਤੇ ਇਸ ਵੇਲੇ ਗੱਲ ਔਖੀ ਜਾਪਦੀ ਹੈ ਤੇ ਆਹ ਹਵਾ ਵਗਦੀ ਹੈ ਧੁੱਪੋ ਰਿਸ਼ਤਾ ਮਾਰਦੀ ਹੈ ਸੂਰਜ ਦੇਵਤਾ ਨੇ ਵੱਡੀ ਕਿਰਪਾ ਕੀਤੀ ਅੱਜ ਖੇਡ ਮੇਲਾ ਬੜਾ ਚੋਟੀ ਦਾ ਹੋਵੇਗਾ ਲਓ ਸਾਹਮਣੇ ਤਿੰਨ ਖਿਡਾਰੀ ਰੁੜਕੇ ਦੇ ਕਿ ਖੇਡਾਂ ਰੁੜਕੇ ਦੇ ਵਿੱਚ ਹੋਣੀਆਂ ਅੱਜ ਹਰ ਇੱਕ ਮੋੜ ਤੇ ਬੈਨਰ ਹੋਇਆ ਲੱਗਾ ਕਿ ਵਿੱਚ ਰੁੜਕੇ ਦੇ ਮੈਦਾਨ ਦੇ ਥੋੜਾ ਮੈਚ ਕਬੱਡੀ ਵਾਲਾ ਬੱਚਾ ਮੈਂ ਬੇਨਤੀ ਕਰਦਾ ਵੀ ਦਰਸ਼ਕ ਵੀਰਾਂ ਨੂੰ ਇੱਧਰ ਸਟੇਜ ਦੇ ਪਿਛਲੇ ਪਾਸੇ ਆੜ ਦੇ ਵਿੱਚ ਜਿਹੜੇ ਮੋਟਰਸਾਈਕਲ ਖੜੇ ਕਰਦੇ ਆ ਵੀਰ ਸੋ ਕੋਈ ਵੀ ਮੇਰਾ ਵੀਰ ਆੜ ਦੇ ਵਿੱਚ ਮੋਟਰਸਾਈਕਲ ਨਾ ਖੜਾ ਕਰੇ ਨਹੀਂ ਤਾਂ ਇੱਕ ਮਿੰਟ ਬਜੇ ਇੱਕ ਮਿੰਟ ਧੰਨਵਾਦ ਹੈ ਅੱਜ ਵੀ ਕਹਿੰਦੇ ਸੂਰਤ ਤੋਂ ਫੋਨ ਤੇ ਸੰਪਰਕ ਹੋਈ ਜਾ ਰਿਹਾ
ਵੀ ਕਿਵੇਂ ਕਦੋਂ ਕਾਲੀ ਆ ਕਿਵੇਂ ਕਿਵੇਂ ਹੋਣਾ ਅੱਜ ਸੋ ਕਿੰਨੇ ਕੁ ਖਿਡਾਰੀ ਪਹੁੰਚ ਗਏ ਤੇ ਕਿੰਨੇ ਪਹੁੰਚਣ ਵਾਲੇ ਆ ਕਹਿੰਦੇ ਵੀ ਸੱਤ ਸਮੁੰਦਰੋਂ ਬਾਹਰ ਬੈਠਾ ਵੀ ਕਹਿੰਦੇ ਵੀ ਖੇਡ ਮੇਲੇ ਦੇ ਨਾਲ ਜੁੜਿਆ ਗਿਆ ਬਹੁਤ ਬਹੁਤ ਧੰਨਵਾਦ ਤੇ ਨਾਲੇ ਮੈਂ ਨਿਗਾਹ ਮਾਰ ਕੇ ਵੇਖਦਾ ਵੀ ਕਬੱਡੀ ਦੇ ਗੁਰਦਾਸ ਮਾਨ ਮਾਂ ਖੇਡ ਕਬੱਡੀ ਦੇ ਬੁਲੰਦ ਆਵਾਜ਼ ਜਿਹਨਾਂ ਨੇ ਆਪਣੇ ਫੁੱਲਾਂ ਦੇ ਨਾਲ ਪੂਰੀ ਦੁਨੀਆਂ ਦੇ ਵਿੱਚ ਖੇਡ ਕਬੱਡੀ ਨੂੰ ਵੱਖਰੀ ਪਹਿਚਾਣ ਦਵਾਈ ਸਾਡੇ ਉਸਤਾਦ ਪ੍ਰੋਫੈਸਰ ਮੱਖਣ ਸਿੰਘ ਜੀ ਹਰਦੀਮਪੁਰ ਉਚੇਚੇ ਤੌਰ ਤੇ ਪੁੱਜ ਗਏ ਨੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦਾ ਜਡਿਆਲਾ ਮਜਗੀ ਦੇ ਵਿੱਚ ਜਦੋਂ 3 ਫਰਵਰੀ ਨੂੰ ਕਬੱਡੀ ਕੱਪ ਹੋਇਆ ਜਤਿੰਦਰ ਜੌਹਲ ਵੱਲੋਂ ਕਹਿੰਦੇ ਮੋਟਰਸਾਈਕਲ ਦੇ ਨਾਲ ਮਾਲ ਸਨਮਾਨ ਕੀਤਾ ਤੇ ਜਤਿੰਦਰ ਜੌਹਲ ਵੱਲੋਂ ਬਹੁਤ ਬਹੁਤ ਧੰਨਵਾਦ ਮੈਂ ਸਹੂਲਤਾਂ ਬਰਦਰਸ ਵੱਲੋਂ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਪ੍ਰੋਫੈਸਰ ਮੱਖਣ ਸਿੰਘ ਜੀ ਹਕੀਮਪੁਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਥੇ ਪਹੁੰਚਣ ਤੇ ਸੋ ਬੇਨਤੀ ਕਰਦੇ ਨੇ ਸਟੇਜ ਤੇ ਹਾਜ਼ਰ ਬਹੁਤ ਬਹੁਤ ਧੰਨਵਾਦ ਜਤਿੰਦਰ ਜੌਹਲ ਜੀ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਮੇਨ ਆਰਗਨਾਈਜ਼ਰ ਹੈ
ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਭਾਈ ਸਿੰਘ ਵੱਲੀ ਸਾਹਮਣੇ ਸੰਗਰੂਦੀ ਵਾਲੇ ਨੌਜਵਾਨ ਦੀ ਲਾਓ ਕਦੀ ਸੱਜੇ ਕਦੀ ਖੱਬੇ ਟੱਚ ਲਾਉਣ ਦਾ ਚਿੰਤਨ ਕਰਨ ਦੇ ਬਾਅਦ ਇੱਕ ਅੰਕ ਜੋੜਿਆ ਆਪਣੀ ਟੀਮ ਦੇ ਲਈ। ਬਹੁਤ ਬਹੁਤ ਧੰਨਵਾਦ। ਅੱਜ ਕਹਿੰਦੇ ਵੀ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਅਧੀਨ ਵੱਡਾ ਕਬੱਡੀ ਕੱਪ, 8 ਟੀਮਾਂ ਜਿਹੜੀਆਂ ਚੋਟੀ ਦੀਆਂ ਭਾਗ ਲੈਣਗੀਆਂ। ਉੱਧਰ ਮੈਂ ਦੇਖਦਾ ਵੀ ਕਾਲਾ ਜੀ ਮਾਧਪੁਰ ਵਾਲੇ ਆਪਣੇ ਸਮੇਂ ਪ੍ਰਸਿੱਧ ਕਬੱਡੀ ਖਿਡਾਰੀ ਤੇ ਕਬੱਡੀ ਕੋਚ ਜਿਹੜੇ ਪੁੱਜ ਗਏ ਆ, ਧੰਨਵਾਦ ਕਰਦੇ ਆ। ਪੰਜਾਬ ਕਬੱਡੀ ਐਸੋਸੀਏਸ਼ਨ ਦੇ ਅਧੀਨ ਅੱਜ ਕਹਿੰਦੇ ਵੱਡਾ ਖੇਡ ਮੇਲਾ ਖੇਡਿਆ ਜਾਵੇਗਾ। ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹਨੇ ਵੀ ਕੋਚ ਸਹਿਬਾਨ ਪੁੱਜੇ ਆ। ਅੱਜ ਕਹਿੰਦੇ ਵੀ ਖੇਡ ਮੈਦਾਨ ਦੇ ਵਿੱਚ ਪੂਰੀ ਬੱਲੇ ਬੱਲੇ ਹੋਵੇਗੀ, ਵਧੀਆ ਖੇਡਦਾ ਹੈ। ਤੇ ਅੱਜ ਆਪਾਂ ਦੇਖਾਂਗੇ ਵੀ ਕਬੱਡੀ ਕੱਪ ਦੇ ਵਿੱਚ ਕਿਹੜਾ ਖਿਡਾਰੀ ਆਪਣੇ ਪ੍ਰਦਰਸ਼ਨ ਦੇ ਨਾਲ ਲੋਕ ਬੋਲਾਂ ਤੇ ਚਰਚਾ ਦਾ ਵਿਸ਼ਾ ਬਣਦਾ ਹੈ ਕਿ ਖੇਡਣ ਜੋੜਾ ਨਾਲ ਕਬੱਡੀ ਕੁਝ ਸਰਦਾਰਾ। ਨਵੇਂ ਪਿੰਡ ਦੀ ਧਰਤੀ ਦਾ ਰਾਜਾ ਖੇਲਾ ਕਹਿੰਦਾ ਆਪਣੀ ਕਲਮ ਦੇ ਨਾਲ ਗੱਲ ਕਰਦਾ ਇਹਨਾਂ ਖਿਡਾਰੀਆਂ ਦੀ ਕਿ ਚੰਗੀਆਂ ਲੋਕਾਂ ਵਰਗੀਆਂ ਹੈਗਾ ਜਿਗਰੇ ਗਾਡਰ ਨੇ ਚੂੰਝ ਚੂੰਝ ਕੇ ਹੰਧਿਆਂ ਦਾ ਟੱਚ ਕਰਦੇ ਬਾਡਰ ਨੇ ਦੇਵੀ ਦਿਆਲ ਪ੍ਰੀਤਾ ਕੋਕਾ ਸ਼ੰਕਰ ਬਣਦਾ ਸੀ ਕਿ ਬੋਲਾ ਤੋਖੀ ਦੇਵ ਅੱਡਾ ਵੀ ਪੂਰੀ ਹਿੰਡਦਾ ਸੀ ਕਿ ਪਹਿਲੇ ਸਮਿਆਂ ਦੇ ਵਿੱਚ ਆਉਂਦੇ ਨਾਮ ਇਹਨਾਂ ਸਤਾਰਾਂ ਦੇ ਖੇਡਣ ਜੋੜਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਖੇਡਣ ਜੋੜਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਕਿ ਸੀ ਬਲਵਿੰਦਰ ਫਿੱਡੂ ਕੋੜਾ ਲੰਮੀ ਪਾਰੀ ਦਾ ਨਾਲ ਠਿਰੰਮੇ ਖੇਡੇ ਕਾਕਾ ਕਾਰੀ ਸਾਰੀ ਦਾ ਕਿ ਲੱਖਾਂ ਦੀ ਗੱਲ ਕਰਦਾ ਹੈ ਕਾਜੀਪੁਰ ਦਾ ਲੱਖਾ ਜੀ ਖਾਲੀ ਹੱਥ ਗੁਰਲਾਲ ਕਦੇ ਦਾ ਪਿੱਛੇ ਮੁੜਦਾ ਜੀ ਕਾਜੇ ਖਾਨੇ ਜਮਿਆ ਸੀ ਹਰਦੀਪ ਬਰਾੜਾ ਦੇ ਖੇਡਣ ਜੋੜਾ ਨਾਲ ਕਬੱਡੀ ਤੁਰ ਸਰਦਾਰਾਂ ਦੇ ਜੋੜਾਂ ਦੇ ਨਾਲ ਜੋਰ ਦੇ ਨਾਲ ਤਕਨੀਕ ਦੇ ਨਾਲ ਚੁਸਤੀ ਫੁਰਤੀ ਦੇ ਨਾਲ ਖੇਡ ਕਬੱਡੀ ਖੇਡੀ ਜਾਂਦੀ ਹੈ। ਕਹਿੰਦੇ ਵੀ ਸਾਰੀਆਂ ਖੇਡਾਂ ਦਾ ਇਹ ਮਿਸ਼ਰਣ ਹੈ ਜਿਹੜੀ ਖੇਡ ਕਬੱਡੀ ਹੈ, ਇਹਦੇ ਵਿੱਚ ਜ਼ੋਰ ਵੀ ਕੰਮ ਹੈ ਪਰ ਆਪਣੀ ਤਕਨੀਕ ਦੇ ਨਾਲ ਆਪਣੀ ਚੁਸਤੀ ਦੇ ਨਾਲ ਵੱਡੇ ਵੱਡੇ ਕਹਿੰਦੇ ਧਾਵਿਆਂ ਨੂੰ ਵਕਤ ਪਾਉਂਦਾ। ਤੇ ਜੇ ਜ਼ੋਰ ਦੀ ਗੱਲ ਕਰੀਏ ਜਲਾਲਪੁਰ ਦਾ ਪਾਲਾ ਤੇ ਜਲਾਲਪੁਰ ਦਾ ਕਹਿੰਦੇ ਪਾਲੇ ਦੇ ਨਾਲ ਪੰਗਾਬੀਆਂ ਦਾ ਸੰਦੀਪ, ਫੰਦੀਪੁਰੀ ਦਾ ਗੋਪੀ, ਮਲਕਾਰਾ, ਕਹਿੰਦੇ ਵੀ ਇਹ ਨੌਜਵਾਨ ਜ਼ੋਰ ਦੇ ਨਾਲ ਇੱਕ ਜ਼ੋਰ ਦੇ ਨਾਲ ਪੱਕਾ ਸਾਧ ਲਗੋਟੇ ਦਾ ਤੰਦਰੁਸਤੀ ਦਾ ਮੇਲਾ, ਮੇਲਾ ਨਹੀਂ ਬਿਮਾਰਾ ਤੂੰ ਰੋਗੀ ਬਣ ਕੇ ਠੀਕ ਮੇਲੀਆ ਮੇਲਾ ਯਾਰਾਂ ਦਾ। ਉੱਧਰ ਰਜਿੰਦਰ ਗਿੱਲ ਜੀ ਕਲੱਬ ਕਹਿੰਦੇ ਮੈਂ ਜ਼ੋਨ ਦੇ ਵਿੱਚ ਲਿਆਂਦੀ, ਬਹੁਤ ਬਹੁਤ ਧੰਨਵਾਦ ਕਰਦੇ ਆ। ਕਬੱਡੀ ਦੇ ਪ੍ਰਸਿੱਧ ਖੇਡ ਪ੍ਰਮੋਟਰ ਲਗਾਤਾਰ ਪੁੱਜ ਰਹੇ ਆ, ਸਾਡੇ ਕਾਲਾ ਜੀ ਮਾਧਪੁਰ ਵਾਲੇ ਪੁੱਜ ਗਏ ਨੇ ਕਬੱਡੀ ਗੋਟ ਪਰ ਟੀਮਾਂ ਵੀ ਜਲਦ ਹੀ ਪੁੱਜ ਰਹੀਆਂ, ਲੜਕੀਆਂ ਦੀਆਂ ਵੀ 4 ਟੀਮਾਂ ਹੋਣਗੀਆਂ, 2 ਜਿਹੜੇ ਮੁਕਾਬਲੇ ਲੜਕੀਆਂ ਦੀਆਂ ਟੀਮਾਂ ਦੇ ਵਿਚਕਾਰ ਵੀ ਹੋਣਗੇ। ਸੋ 8 ਅਕੈਡਮੀਆਂ ਖੇਡਣਗੀਆਂ, ਅੱਜ 7 ਮੈਚ 7 ਦੇ ਦੋ 9। ਧੰਨਵਾਦ। ਤੇ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਕੋਚ ਸਵਾਲ ਜਾਂ ਟੀਮਾਂ ਦੇ ਖਿਡਾਰੀ ਪਹੁੰਚੇ ਆ ਤੂੰ ਸਟੇਟ ਤੇ ਆ ਕੇ ਜ਼ਰੂਰ ਸੰਪਰਕ ਕਰ ਲੈਣਾ ਤਾਂ ਜੋ ਆਪਾਂ ਅਕੈਡਮੀਆਂ ਦੇ ਮੁਕਾਬਲੇ ਵੀ ਜਲਦੀ ਸ਼ੁਰੂ ਕਰਵਾ ਸਕੀਏ। ਝਮਕੇ ਦੇ ਨਾਲ ਹੀ ਪੈਂਦੀ ਸੱਟੀ ਜਫਾ ਇੱਕ ਹੋਰ ਜੜ ਦਿੱਤਾ ਨੌਜਵਾਨ ਨੇ। ਬਹੁਤ ਬਹੁਤ ਧੰਨਵਾਦ ਸਾਡੇ ਬਿੰਦਰ ਵੀਰ, ਵੱਡਾ ਮਾਣ ਕਰਦੇ ਨੇ ਖਿਡਾਰੀਆਂ ਦਾ। ਤੇ ਲਓ ਉਧਰ ਪਾਈ ਹੋਈ ਕਬੱਡੀ ਇਸ ਵੇਲੇ ਲੜਕੇ ਵਾਲੇ ਨੌਜਵਾਨ ਦੀ ਹੰਬੋ ਪਾਰ ਕਰਦਾ ਹੋਇਆ ਇੱਕ ਅੰਕ ਦਾ ਵਾਅਦਾ ਕਰ ਗਿਆ ਖੇਡ ਪ੍ਰਧਾਨ ਦੇ ਵਿੱਚ ਕਿ ਹੌਸਲੇ ਫਤਿਹ ਕੀ ਬੁਨਿਆਦ ਹੋਇਆ ਕਰਦੇ ਕਾਮ ਤੇ ਹੱਥ ਤੇ ਸ਼ਮਸ਼ੀਰ ਉਠਾਇਆ ਨਾ ਕਰੋ, ਹੌਸਲੇ ਦੇ ਨਾਲ ਕਬੱਡੀ ਖੇਡੀ ਜਾਂਦੀ ਹੈ। ਲਓ ਸਾਹਮਣੇ ਪਾਈ ਹੋਈ ਕਬੱਡੀ ਜਵਾਨੀ ਦੀ ਰੱਖਿਆ।
ਬਹੁਤ ਤੇਜ਼ੀ ਦੇ ਨਾਲ ਮੁੰਡੇ ਨੇ ਕਹਿੰਦੇ ਅੰਕ ਜੋੜਿਆ ਆਪਣੀ ਟੀਮ ਦੇ ਲਈ। ਅਕੈਡਮੀਆਂ ਦੇ ਕੋਚ ਸਾਹਿਬਾਨਾਂ ਨੂੰ ਜਾਂ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੇ ਵੀ ਸਾਡੇ ਕੋਲ ਪਹੁੰਚੇ ਹੈ ਆਪਣਾ ਨਾਮ ਜਿਹੜਾ ਸਟੇਜ ਤੇ ਆ ਕੇ ਜ਼ਰੂਰ ਦਰਜ ਕਰਾ ਦੇਣਾ, ਦੱਸ ਦੇਣ ਕਿਹੜੀ ਕਿਹੜੀ ਟੀਮ।